ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਆਪਣੀ ਜ਼ਮੀਨ ਜੋ ਗੁਰਦੁਆਰਾ ਸਾਹਿਬ ਦੇ ਕਰੀਬ ਹੈ ਕਰੋੜਾਂ ਰੁਪਏ 'ਚ ਠੇਕੇਦਾਰਾਂ ਨੂੰ ਦਿੰਦੀ ਹੈ, ਜਿਸ ਦੇ ਨਾਲ SGPC ਨੂੰ ਕਾਫੀ ਫਾਇਦਾ ਹੁੰਦਾ ਹੈ। ਮਗਰ ਗਰੀਬ ਦੁਕਾਨਦਾਰ ਠੇਕੇਦਾਰਾਂ ਦੀ ਗੁੱਡਾਗਰਦੀ ਦਾ ਸ਼ਿਕਾਰ ਹੁੰਦੇ ਹਨ, ਕਿਉਂਕਿ ਠੇਕੇਦਾਰ ਆਪਣੇ ਪੈਸੇ ਪੂਰੇ ਕਰਨ ਅਤੇ ਫਾਇਦੇ ਲਈ ਮੋਟੀ ਰਕਮ ਵਸੂਲਦੇ ਹਨ, ਜਿਸ ਦੀ ਵਜ੍ਹਾ ਕਰਕੇ ਕਈ ਵਾਰ ਦੁਕਾਨਦਾਰਾਂ ਅਤੇ ਠੇਕੇਦਾਰਾਂ ਵਿੱਚ ਆਪਸੀ ਟਕਰਾਓ ਵੀ ਹੋ ਚੁੱਕਿਆ ਹੈ। ਇਸ ਲਈ ਇਸ ਸਾਲ ਦੁਕਾਨਦਾਰਾਂ ਨੇ SGPC ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਇਸ ਵਾਰ ਕਿਸੇ ਨੂੰ ਵੀ ਠੇਕਾ ਨਹੀਂ ਦੇਣ ਲਈ ਦੁਕਾਨਦਾਰਾਂ ਨੇ ਕਿਹਾ ਹੈ ਅਤੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੱਕੀਆਂ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ ਅਤੇ ਉਸ ਦਾ ਉਚਿਤ ਕਿਰਾਇਆ ਲਿਆ ਜਾਵੇ। ਇਸ ਦੇ ਰੋਸ 'ਚ ਉਹਨਾਂ ਨੇ ਆਪਣੀ ਦੁਕਾਨਾਂ ਬੰਦ ਰੱਖਣ ਦਾ ਵੀ ਐਲਾਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਠੇਕੇਦਾਰੀ ਸਿਸਟਮ ਬੰਦ ਕਰਕੇ ਜਿਵੇਂ ਪਹਿਲਾਂ SGPC ਦੁਕਾਨਾਂ ਦੇ ਕਿਰਾਏ ਦੀ ਪਰਚੀ ਕੱਟਦੀ ਸੀ, ਉਂਝ ਹੀ ਕੱਟੀਆਂ ਜਾਣ ਜਾਂ ਦੁਕਾਨਦਾਰਾਂ ਵੱਲੋਂ ਸਿੱਧਾ ਕਿਰਾਇਆ ਲਿਆ ਜਾਵੇ। ਸ਼੍ਰੋਮਣੀ ਕਮੇਟੀ ਦੀ ਜਗ੍ਹਾ ਦੇ ਵਿੱਚ ਆਰਜੀ ਦੁਕਾਨਾਂ, ਇਹ ਜਿਹੜਾ ਇਹਦੀ ਬੋਲੀ ਪਿਛਲੇ ਸਾਲ ਹੋਈ ਸੀਗੀ 4 ਕਰੋੜ 10 ਲੱਖ ਰੁਪਈਏ ਦੀ। ਸਾਡੀ ਮੰਗ ਇਹੀ ਆ ਕਿ ਸਾਡੇ ਦੁਕਾਨਦਾਰ ਭਾਈਚਾਰਾ ਜਿਹੜਾ ਗਾ ਉਹ ਬਹੁਤ ਹੀ ਕਰਜ਼ਾਈ ਹੋ ਚੁੱਕਿਆ ਵਾ। ਅਸੀਂ ਅੱਜ ਇਸ ਕਰਕੇ ਇੱਥੇ ਇਕੱਠੇ ਹੋਏ ਸੀਗੇ ਕਿ ਸ਼੍ਰੋਮਣੀ ਕਮੇਟੀ ਨੇ ਅੱਜ ਫਿਰ ਆਪਣਾ ਬੋਲੀ ਰੱਖੀ ਵੀ ਸੀਗੀ ਕਿ ਜਿਹੜੀਆਂ ਆਰਜੀ ਦੁਕਾਨਾਂ ਨੇ ਇੱਕ ਸਾਲ ਵਾਸਤੇ ਇਹ ਦਿੱਤੀਆਂ ਜਾਂਦੀਆਂ, ਜਿਹੜਾ ਇਹਦਾ ਕਿਰਾਇਆ ਗਾ ਉਹ ਬਹੁਤ ਜ਼ਿਆਦਾ ਹੈ। ਪਿਛਲੀ ਵਾਰ ਜਿਹੜੀ ਬੋਲੀ ਹੋਈ ਸੀਗੀ ਉਹ 4 ਕਰੋੜ 10 ਲੱਖ ਰੁਪਏ ਦੀ ਹੋਈ ਸੀਗੀ, ਜਿਹੜੀ ਕਿ ਇੱਕ ਆਮ ਜਨਤਾ ਦੇ ਉੱਪਰ ਜ਼ੁਲਮ ਵਾਲਾ ਹੀ ਕੰਮ ਹੈ। ਅੱਜ ਸਾਡੀ ਮੰਗ ਸੀਗੀ ਕਿ ਇਹ ਜਿਹੜੀ ਬੋਲੀ ਹੈ ਰੱਦ ਕੀਤੀ ਜਾਵੇ, ਜਿਹੜੇ ਆਰਜੀ ਦੁਕਾਨਦਾਰ ਹੈ ਇਹਨਾਂ ਦੀ ਜ਼ਿੰਮੇਵਾਰੀ ਲਗਾਈ ਜਾਵੇ ਕਿ ਇਹ ਜਿਹੜਾ ਬਣਦਾ ਮਾਜਬ ਰੈਂਟ ਹੈ ਉਹ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਜ਼ਿੰਮੇਵਾਰੀ ਦੇਵੇ ਕਿ ਇਹ ਇਕੱਠਾ ਕਰਕੇ ਦੇਣ। ਜਾਂ ਫਿਰ ਸਾਡੀ ਦੂਸਰੀ ਆਪਸ਼ਨ ਇਹ ਸੀਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਦਾਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਖੁਦ ਪਰਚੀਆਂ ਕੱਟਦੀ ਸੀਗੀ ਇਸੇ ਤਰ੍ਹਾਂ ਪਰਚੀਆਂ ਕੱਟੇ, ਤੇ ਤੀਸਰੀ ਆਪਸ਼ਨ ਸਾਡੀ ਇਹ ਹੈ ਕਿ ਜਿਹੜਾ ਇਹ ਕੰਮ ਛੋਟੇ ਲੈਵਲ ਤੋਂ ਸ਼ੁਰੂ ਹੋਇਆ ਸੀਗਾ ਅੱਜ ਬਹੁਤ ਵੱਡਾ ਇਹ ਇਸ਼ੂ ਬਣ ਚੁੱਕਿਆ ਵਾ, ਇਹਨੂੰ ਖਤਮ ਕਰਨ ਵਾਸਤੇ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਗਰੀਬ ਲੋਕ ਨੇ ਆਰਜੀ ਦੁਕਾਨਾਂ ਵਾਲੇ ਇਹਨਾਂ ਨੂੰ ਪੱਕੀਆਂ ਦੁਕਾਨਾਂ ਅਲਾਟ ਕੀਤੀਆਂ ਜਾਣ। ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮਾਇਆ ਦੀ ਕੋਈ ਕਮੀ ਨਹੀਂ ਹੈ ਤੇ ਇਹ ਗਰੀਬ ਪਰਿਵਾਰ ਇੱਥੇ ਤੱਕ ਮਜਬੂਰ ਹੋ ਚੁੱਕੇ ਵੇ, ਇੰਨਾ ਕਰਜ਼ਾਈ ਹੋ ਚੁੱਕੇ ਵੇ ਕਿ ਇਹ ਲੋਕ ਇੱਥੇ ਤੱਕ ਮਜਬੂਰ ਹੋ ਚੁੱਕੇ ਵੇ ਕਿ ਆਪਣੇ ਪੂਰੇ ਪਰਿਵਾਰ ਦੇ ਸਮੇਤ ਮਰਨ ਵਾਸਤੇ ਵੀ ਤਿਆਰ ਬੈਠੇ ਨੇ। ਸਾਫ ਤਾਂ ਹੈ ਕਿ ਸਾਨੂੰ ਦੁਕਾਨਾਂ ਵੀ ਦਿੰਦੇ, ਸਾਡੇ ਕੋਲ ਪੈਸੇ ਵੀ ਲੈਂਦੇ, ਉਹ ਸਾਡੇ ਕੋਲ ਬਲੈਂਕ ਚੈੱਕ ਵੀ ਲੈਂਦੇ ਆ ਔਰ ਸਾਨੂੰ ਕੁੱਟਦੇ ਵੀ ਸੀਗੇ। ਇਸ ਲਈ ਠੇਕੇਦਾਰ ਸਿਸਟਮ ਦੇ ਖਿਲਾਫ ਹਾਂ ਔਰ ਅਸੀਂ ਅੱਗੇ ਮੰਗ ਕਰਦੇ ਹਾਂ ਵੀ ਸਾਨੂੰ ਆਰਜੀ ਦੁਕਾਨਾਂ ਦਿੱਤੀਆਂ ਜਾਣ ਜਾਂ ਪੱਕੀਆਂ ਬਣਾ ਕੇ ਦਿੱਤੀਆਂ, ਕਿਸੇ ਵੀ ਤਰ੍ਹਾਂ ਕਰਕੇ ਸਾਡਾ ਪੱਕਾ ਕਿਰਾਇਆ ਬੰਨ ਕੇ ਸਾਨੂੰ ਦਿੱਤਾ ਤਾਂ ਜੋ ਸਾਡਾ ਪਰਿਵਾਰ ਪਲ ਸਕੇ। ਆਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।